अस्सलाम वालेकुम जी, क्या हाल मेरे बहन भाई। उम्मीद कर रहे कि तुम ठीक हो। सो असा ठीक है। मैं जी टोक रही हूँ लकड़ी। अम्मा दादी और को ले आंदा जी कुआड़ा। साडा तो हाई कोई, साडी छोटी कुआड़ी है। कुआड़ा ना सौ खींच ਅਸਲਾਮੁਅਲੈਕੁਮ, ਕੀ ਹਾਲ ਮੇਰੇ ਭੈਣ ਭਾਈਓ। ਅਲਹਮਦੁਲਿਲਾ ਅਸੀਂ ਠੀਕ ਹਾਂ। ਉਮੀਦ ਹੈ ਕਿ ਤੁਸੀਂ ਠੀਕ ਹੋ। ਸੋ ਅਤੇ ਮੈਂ ਜਿਹੜਾ ਕਰ ਰਹੀ ਹਾਂ ਦਾਣੇ ਸਾਫ ਸ਼ਹਿਰ ਉਜੜਨਾ। ਬੱਗੀ ਅਤੇ ਬੱਗੀ ਦਾ ਅੱਬੂ ਗਿਆ, ਦਾਣੇ ਮੈਂ ਇਕੱਠੇ ਮੰਗਵਾ ਲੈਂਦੀ ਹਾਂ, ਕੁੱਟ ਕੇ ਪਾ ਦਿੰਦੀ ਹਾਂ ਡੱਬੇ ਦੇ ਵਿੱਚ, ਅਤੇ ਥੋੜ੍ਹੇ ਥੋੜ੍ਹੇ ਸਾਲਣ ਦੇ ਵਿੱਚ ਬੰਦਾ ਇਸਤੇਮਾਲ ਕਰ ਲੈਂਦਾ। ਅਤੇ ਮੈਂ ਸਾਰੇ ਤਾਂ ਨਹੀਂ ਹੁਣ ਪੀ ਸਕਦੀ, ਜਿਸ ਟਾਈਮ ਧੁੱਪ ਨਿਕਲੀ ਨਾ ਸੁਕਾ ਕੇ ਸਹੀ ਤਰ੍ਹਾਂ ਦੌਰੀ ਵਿੱਚ ਕੁੱਟੀ ਸਣ। ਪਹਿਲੇ ਮੈਂ ਕੁੱਟ ਲੈਂਦੀ ਹਾਂ ਜਿਤਨੇ ਕੁ ਅਸੀਂ ਸਾਲਾਂ ਨੇ ਇਸਤੇਮਾਲ ਕਰਨੇ। ਇਹ ਸਾਫ ਕਰਨ ਵਾਲੀ ਨਾ ਇਹ ਵਿੱਚ ਥੋੜ੍ਹੇ ਥੋੜ੍ਹੇ ਕਚਰਾ ਵਗੈਰਾ ਹੈ ਨਾ, ਉਹ ਬੂਟੀਆਂ ਛੂਟੀਆਂ ਅਤੇ ਉਹ ਹਿੰਨ ਪਈਆਂ, ਉਹ ਸਾਫ ਅੱਛੀ ਤਰ੍ਹਾਂ ਕਰਕੇ ਇਹਨਾਂ ਦੀ ਫਿਰ ਕੁਟਾਈ ਕਰਸਾਂ। ਪਹਿਲੇ ਥੋੜ੍ਹੇ ਜਿਹਾ ਸਾਫ ਕਰ ਲੈਂਦੇ ਹਾਂ, ਉਸ ਤੋਂ ਬਾਅਦ ਦਾਣੇ ਜਿਹੜਾ ਅੱਛੀ ਰੀਤ ਸਾਫ ਕਰ ਲੈਣ। ਅਤੇ ਮੈਂ ਹੁਣ ਰਹੀ ਹਾਂ ਪੀ ਦੌਰੀ ਡੰਡੇ ਦੇ ਵਿੱਚ। ਇਹ ਦੇਸੀ ਬਈ ਦੇਸੀ ਦੌਰੀ, ਕਿਉਂਕਿ ਲੋਕ ਪੀਂਦੇ ਨੇ ਮਸ਼ੀਨਾਂ ਦੇ ਵਿੱਚ ਅਤੇ ਅਸੀਂ ਪੀ ਰਹੇ ਹਾਂ ਦੌਰੀ ਡੰਡੇ ਦੇ ਵਿੱਚ। ਅਸਲਾਮੁਅਲੈਕੁਮ, ਕੀ ਹਾਲ ਮੇਰੇ ਭੈਣ ਭਾਈਓ। ਅਲਹਮਦੁਲਿਲਾ ਅਸੀਂ ਠੀਕ ਹਾਂ। ਮੀਂਹ ਦੇ ਕੇ ਤੁਸੀਂ ਠੀਕ ਹੋ। ਅਤੇ ਮੇਰੇ ਵਾਰ ਇਹ ਤੁਸੀਂ ਵੇਖ ਰਹੇ ਹੋ, ਇਹ ਹੈ ਜੀ ਇੱਕ ਅਹਿਮ ਚੀਜ਼। ਉਹ ਕਿਹੜੀ ਅਹਿਮ ਚੀਜ਼ ਹੈ? ਉਹ ਮੇਰੇ ਪਿਆਰੇ ਵਿਵਰਾਂ ਨੂੰ ਇਸ ਵੀਡੀਓ ਦੇ ਵਿੱਚ ਵੀ ਕਹੀ ਸਾ, ਮੇਰੀ ਵੀਡੀਓ ਨਾਲ ਨਾ ਰਹਿਣਾ, ਕਿਉਂਕਿ ਅੱਜ ਦੀ ਵੀਡੀਓ ਬੜੀ ਮਜ਼ੇਦਾਰ ਆਵਣ ਲਈ ਮੇਰੇ ਚੈਨਲ ਸਪੋਰਟ ਕੀਤੀ ਕਰੋ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ। ਮੇਰੇ ਵਾਰ ਇਹ ਜੀ ਇੱਕ ਅਹਿਮ ਚੀਜ਼ ਇਹ ਬਣੀ ਹੋਈ ਜੀ। ਪਾਰਸਲ ਤੁਹਾਨੂੰ ਮੈਂ ਖੋਲ੍ਹ ਕੇ ਚੈੱਕ ਕਰੀ ਸਾਂ, ਅਤੇ ਹਜੇ ਤਾਈਂ ਨਹੀਂ, ਕਿਉਂਕਿ ਇਹਨ ਜਿਹੜਾ ਅਹਿਮ ਚੀਜ਼ ਇਹਨ ਜਿਹੜਾ ਸੰਭਾਲ ਕੇ ਰੱਖ ਦਿੰਦੇ ਹਾਂ ਅੰਦਰ, ਅਤੇ ਫਿਰ ਜਿਹੜਾ ਕਰਨਾ ਅਗਲਾ ਕੰਮ। ਅੰਮੀ ਜੀ ਤੁਸੀਂ ਕੁਟਾਈ ਕਰ ਰਹੇ? ਹਾਂਜੀ, ਤੁਸੀਂ ਨਾ ਲੱਕੜੀ ਵੀ ਲਾਇਓ। ਹਾਂਜੀ ਲੱਕੜੀ ਬਾਈ ਸਲੀਮ ਟੁੱਕੀਆਂ, ਅਤੇ ਮੈਂ ਤੁਹਾਨੂੰ ਅੱਗ ਜਲਾ ਦਿੰਦਾ। ਅਤੇ ਮੇਰੇ ਵਾਰ ਜਿਹੜਾ ਇਹਨੂੰ ਪਾਰਸਲ ਨੂੰ ਰੱਖ ਦਿੰਦੇ ਹਾਂ ਜੀ ਅੰਦਰ। ਖੁਸ਼ਕ ਦਣੀਆਂ ਜਿਹੜੀਆਂ ਮੈਂ ਕੋਟ ਲਈਆਂ, ਅਤੇ ਹੁਣ ਮੈਂ ਕਟਾਈ ਕਰ ਰਹੀ ਹਾਂ ਪਿਆਜ਼, ਹਰੀਆਂ ਮਿਰਚਾਂ ਅਤੇ ਟਮਾਟਰ ਨਾਲ। ਤੁਸੀਂ ਵੇਖ ਰਹੇ ਸੋ ਬਰਤਨਾਂ ਨੂੰ ਮੈਂ ਲੇ ਲਾ ਦਿੱਤਾ ਹੈ, ਬਰਤਨ ਵੀ ਅੱਛੇ ਲੱਗ ਰਹੇ ਹਨ। ਅਤੇ ਪਹਿਲੇ ਅੱਜ ਅਸੀਂ ਸਾਲਾਂ ਵਿੱਚ ਕਿਹੜੀ ਚੀਜ਼ ਬਣਾਉਣੀ ਹੈ ਅਸੀਂ ਆਪਦੇ ਪਿਆਰੇ ਵੀਵਰਾਂ ਨੂੰ ਸ਼ੇਅਰ ਕਰ ਦਿੰਦੇ ਹਾਂ। ਅੱਜ ਅਸੀਂ ਬਣਾਉਣੀ ਹੈ ਮੂੰਗੀ ਮਸਰੀ ਦੀ ਦਾਲ, ਕਾਫੀ ਦਿਨਾਂ ਬਾਅਦ। ਅਤੇ ਮੈਂ ਜਿਹੜਾ ਕਟਾਈ ਕਰ ਲੈਂਦੀ ਹਾਂ ਟਮਾਟਰ। ਬਿਸਮਿਲਾ, ਗਰਮੀ ਬਹੁਤ ਜ਼ਿਆਦਾ ਬਣ ਗਈ, ਪਸੀਨਾ ਵੀ ਲਾ ਚੁੱਕਾ ਹੈ, ਬਿਜਲੀ ਜਿਹੜੀ ਨਾ ਲਾਈਟ ਹੋ ਗਈ ਹੈ, ਚਲੀ, ਪੱਖਾ ਬੰਦ ਹੋ ਗਿਆ।
ਤੇ ਨਾਲ ਸਲੀਮ ਹੀ ਲੱਕੜੀ ਵੀ ਟੋਕ ਤੇ ਲਾ ਦਿੱਤੀਆਂ, ਨਾਲ ਉੱਤੇ ਲਾ ਦਿੱਤੀ ਸੁਕੱਲੀ ਅੱਗ ਵੀ ਜਲੈਂਦਾ ਹੈ। ਕੱਲੀ ਦੇ ਨਾਲ ਲੱਕੜੀ ਜਿਹੜੀਆਂ ਜਿਤਨੀਆਂ ਮੋਟੀਆਂ ਹੋਣ ਨਾਲ ਜਲਦੀ ਅੱਗ ਜਲ ਜਾਂਦੀ ਹੈ, ਤੇ ਕੱਲੀ ਲੱਗੀ ਪਈ ਬੱਗੀ ਸਲੀਮ ਚਾਵਣ ਗਿਆ ਮਾਚਿਸ। ਜੀ ਤੋਂ ਪੈਰ ਮੈਂ ਜਲਾ ਦਿੱਤੀ ਅੱਗ ਉੱਤੇ ਲਾ ਦਿੱਤੀ ਜੀ ਕੱਲੀ ਕੱਲੀ ਨਾਲ ਅੱਗ ਹੀ ਜਲਦੀ ਹੈ। ਹਾਂਜੀ ਅੱਗ ਸਹੀ ਜਲਦੀ ਹੈ, ਸਲੀਮ ਆਖ ਰਿਹਾ ਅੱਗ ਕੱਲੀ ਨਾਲ ਸਹੀ ਜਲਦੀ ਹੈ। ਅਤੇ ਮੈਂ ਬਣਾ ਰਹੀ ਹਾਂ ਹਰੀਆਂ ਮਿਰਚਾਂ ਕਟਾਈ ਕਰ ਰਹੀ ਹਾਂ, ਪਿਆਜ਼ ਟਮਾਟਰ ਤਾਂ ਕਟਾਈ ਕਰ ਲੈ ਅਤੇ ਹਰੀਆਂ ਮਿਰਚਾਂ ਹੀ ਬਰੀਕ ਬਰੀਕ ਕਟਾਈ ਕਰ ਲਈ। ਸਾਲਣ ਜਿਹੜਾ ਸਾਲਣ ਨਹੀਂ ਸਾਰੇ ਮਸਾਲੇ ਮੈਂ ਤਿਆਰ ਕਰ ਲੈਣ ਅਤੇ ਮੈਂ ਆ ਚੁੱਕੀ ਹਾਂ ਕਿਚਨ ਅਤੇ ਨਾਲ ਪੈਣ ਖੁਸ਼ਕ ਧਨੀਆ, ਇਹ ਪੈਣ ਮਸਾਲੇ ਅਤੇ ਨਾਲ ਪੈਣ ਇਹ ਜੀ ਪੈਣ ਪਿਆਜ਼ ਟਮਾਟਰ ਹਰੀਆਂ ਮਿਰਚਾਂ ਅਤੇ ਲਸਣ, ਅਤੇ ਮੈਂ ਜਿਹੜਾ ਭੁੱਲ ਗਈ ਹਾਂ ਸੂ, ਅਤੇ ਮੈਂ ਰੱਖ ਦਿੰਦੀ ਹਾਂ ਕੁੰਨੀ ਉੱਤੇ ਅੱਗ ਜਿਹੜੀ ਨਾ ਜਲ ਰਹੀ ਹੈ। ਅੱਜ ਅਸੀਂ ਸਾਲਣ ਤਿਆਰ ਕਰਨਾ ਮਸਰੀ ਮੂੰਗੀ ਗਰਮ ਤੇ ਕਾਫੀ ਜ਼ਿਆਦਾ ਕੁੰਨੀ ਵਜ਼ਨੀ ਆਉਂਦੀ ਹੈ ਤੇ ਮੈਂ ਪਾ ਦਿੰਦੀ ਹਾਂ ਘੀ। ਬਿਸਮਿਲ੍ਲਾ ਅੰਮੀ ਜੀ ਇਹਦੇ ਮੈਂ ਪਾਣੀ ਪਾ ਕੇ ਰੱਖ ਦਿੱਤਾ। ਹਾਂਜੀ ਮੈਂ ਮੁੜ ਪਾ ਦਿੰਦੀ ਹਾਂ ਨਾ ਮਸਾਲਾ ਤਿਆਰ ਕਰ। ਹਾਂਜੀ ਤੇ ਹੋਰ ਕੋਈ ਚੀਜ਼? ਹਾਂਜੀ ਹੋਰ ਕੋਈ ਚੀਜ਼? ਹੋਰ ਆਟਾ ਹੀ ਗੁੰਨਣਾ ਹੈ। ਹਾਂਜੀ ਤੇ ਆਟਾ ਕੱਢ ਲੈਵਾਂ ਜਾਂ ਤਿਆਰ ਕਰਾਂ? ਉਹ ਛੋਟੀ ਜਿਹੜੀ ਹੈ ਨਾ ਲੱਕੜ ਵਾਲੀ ਦੌਰੀ, ਹਾਂਜੀ ਉਹਦੇ ਵਿੱਚ ਛੋਟਾ ਡੰਡਾ ਚਾ ਲਿਆ। ਛੋਟਾ ਡੰਡਾ? ਹਾਂਜੀ ਹਾਂਜੀ। ਤੇ ਮੈਂ ਪਾ ਦਿੰਦੀ ਹਾਂ ਖੁਸ਼ਕ ਧਨੀਆ ਹਿੰਨ ਪਈਆਂ ਵਿੱਚ ਪਾਈ ਹੋਈਆਂ ਦੌਰੀ ਦੇ, ਤੇ ਮੈਂ ਪਾ ਦਿੰਦੀ ਹਾਂ ਲਸਣ। ਮੈਂ ਕੁਟਾਈ ਕਰਾਂ ਜਾਂ ਤੁਸੀਂ ਕੁਟਾਈ ਕਰਦੇ ਹੋ? ਤੁਸੀਂ ਕਰ ਲਓ। ਹਾਂਜੀ ਮੈਂ ਕੁਟਾਈ ਕਰਨਾ ਤੇ ਬਾਕੀ ਮੇਰੇ ਵੱਲ ਲਸਣ ਤੇ ਔਰ ਜਿਹੜਾ ਖੁਸ਼ਕ ਧਨੀਆ ਆ ਚੁੱਕੀਆਂ। ਅੰਮੀ ਅੱਗੇ ਥੋੜ੍ਹੀ ਜਿਹੀ ਕੁਟਾਈ ਕੀਤੀਆਂ ਦੂਸਰੇ ਦੇ ਵਿੱਚ ਚੰਗੀ ਤਰ੍ਹਾਂ ਪੀ ਲਈਆਂ, ਤਾਂ ਹੁਣ ਜਿਹੜਾ ਮੈਂ ਵੀ ਕੁਟਾਈ ਕਰ ਲੈਂਦਾ। ਸਾਰੀਆਂ ਤਾਂ ਨਹੀਂ ਪਿਸਾਈ ਹੋਈਆਂ, ਗਿੱਲੀਆਂ ਹਨ। ਹਾਂਜੀ ਥੋੜ੍ਹੀਆਂ ਜਿਹੀਆਂ ਕੀਤੀਆਂ ਜਿਹੜੀਆਂ ਸਾਲਣ ਦੇ ਵਿੱਚ ਇਸਤੇਮਾਲ ਕਰਨੀਆਂ। ਉਹ ਕੱਲ੍ਹ ਤੁਸੀਂ ਚੰਗੀ ਤਰ੍ਹਾਂ ਧੋਪ ਲਵਾ ਲਿਆ ਅਤੇ ਫਿਰ ਦੁਬਾਰੇ ਕੋਟ ਲਵਿਆ? ਹਾਂਜੀ ਉਹਨਾਂ ਨੂੰ ਧੋਪ ਲਵਾਈਸਾਂ ਅਤੇ ਫਿਰ ਕੁਟਾਈ ਕਰਸਾਂ। ਅੰਮੀ ਧੁੱਪ ਦੀ ਯਾਦ ਆ ਗਈ ਵੀ ਧੁੱਪ ਲਵਾ ਲਵੇ ਅਤੇ ਆਪਣੇ ਜਿਹੜੇ ਦਾਣੇ ਨਾ ਨਾਨੀ ਵੀ ਇੱਕ ਵਾਰੀ ਧੁੱਪ ਲਵਾ ਲਈ। ਹਾਂਜੀ ਉਹ ਵੀ ਧੁੱਪ ਲਵਾਈਨੇ ਆ ਨਾ। ਹਾਂਜੀ ਕੀ ਜਿਹੜਾ ਅਛਰੀ ਗਰਮ ਹੋ ਚੁੱਕਾ ਅਤੇ ਮੈਂ ਪਾ ਦਿੰਦੀ ਹਾਂ ਪਿਆਜ਼। ਪਿਆਜ਼ ਅਤੇ ਹਰੀਆਂ ਮਿਰਚਾਂ ਅਤੇ ਟਮਾਟਰ ਇਹ ਜਿਹੜਾ ਅੱਛੀ ਰੀਤ ਫਰਾਈ ਹੋ ਜਾ ਸਿਣ, ਅਤੇ ਉਸ ਤੋਂ ਬਾਅਦ ਪਿਸਾ ਮਸਾਲੇ ਅਤੇ ਨਾਲ ਪਿਆ ਪੱਖਾ
ਥੋੜ੍ਹਾ ਥੋੜ੍ਹਾ ਮਾਰ ਦਿੰਦੇ ਹਾਂ ਜੱਲਾ। ਹਵਾ ਤਾਂ ਕਾਫੀ ਜ਼ਿਆਦਾ ਆ ਰਹੀ ਹੈ ਤੇ ਮੌਸਮ ਵੀ ਕਾਫੀ ਪਿਆਰਾ ਠੰਡਾ ਬਣ ਚੁੱਕਾ। ਅੰਮੀ ਜੀ ਮੈਂ ਆਟਾ ਘਾੜ ਲਿਆ। ਹਾਂਜੀ ਤੁਸੀਂ ਆਟਾ ਘਾੜਿਓ, ਮੇਰੇ ਕੋਲ ਪਾਣੀ ਪਿਆ। ਪਾਣੀ ਆਇਆ ਪਿਆ? ਹਾਂ ਤੇ ਹਾਂਜੀ ਤੇ ਤੁਸੀਂ ਆਟਾ ਜਲਦੀ ਜਲਦੀ ਗੁੰਨ ਲਵਿਆ ਤੇ ਮੈਂ ਬਾਅਦ ਏ ਫੇਰ ਆਪਾਂ ਮੈਂ ਤੇ ਤੁਹਾਨੂੰ ਤੰਦੂਰ ਜਲਾ। ਤੁਸੀਂ ਇੱਕ ਵਾਰੀ ਖਲੋਵੋ। ਹਾਂਜੀ ਹੋਰ ਮੈਂ ਆਟਾ ਗੁੰਨ ਲਈ। ਹਾਂਜੀ ਇਹ ਕਰਾਂ ਦੇਵਾਂ। ਹਾਂ ਪਹਿਲੇ ਮਸਾਲਾ ਬਣਾ ਲਵੀ ਨਾ। ਹਾਂਜੀ ਬਣਾ ਲਓ ਤੇ ਬਾਕੀ ਸਾਰੇ ਮੈਂ ਮਸਾਲੇ ਲਿਆ ਕੇ ਰੱਖ ਦਿੱਤੇ। ਹਾਲੇ ਤੇ ਤੁਸੀਂ ਘੀ ਗਰਮ ਹੋਣ ਦੇ ਬਣਾਈ ਚੰਗੀ ਤਰ੍ਹਾਂ ਨਾ। ਘੀ ਗਰਮ ਆਏ ਤੇ ਅੱਗ ਨਹੀਂ ਆਈ, ਖੋਲ ਕੇ ਜਾਲ ਰਹੀ। ਅੱਗ ਲੱਕੜੀ ਨੇ ਇਹਨਾਂ ਏਡੀਆਂ ਗਿਲੀਆਂ ਥੋੜ੍ਹੀਆਂ ਜਿਹੀਆਂ ਬਾਰਿਸ਼ ਦੀ ਵਜ੍ਹਾ ਤੋਂ ਨਾ। ਹਾਂਜੀ ਬਾਰਿਸ਼ ਦੀ ਵਜ੍ਹਾ ਤੋਂ ਲੱਕੜੀ ਗਿਲੀਆਂ। ਮਾਸ਼ਾਅੱਲਾ ਜੀ ਤੋਰੀਆਂ ਨੂੰ ਕਾਫੀ ਦੇਰ ਹੋ ਗਈ ਔਰ ਕਾਫੀ ਦਿਨ ਹੋ ਗਏ ਤੋਰੀਆਂ ਤੇ, ਤੁਸੀਂ ਹਾਲਾਤ ਚੈੱਕ ਕਰੋ। ਹਾਲੇ ਤਾਂ ਜਿਹੜੀਆਂ ਤੋਰੀਆਂ ਬਰੂਟ ਹੋ ਚੁੱਕੀਆਂ ਤੇ ਇਸ ਸਾਈਡ ਤੁਸੀਂ ਇਹਨਾਂ ਦੀਆਂ ਲੱਗਰਾਂ ਚੈੱਕ ਕਰੋ, ਲੱਗਰਾਂ ਹਜੇ ਤਾਂ ਇਹਨਾਂ ਦੀਆਂ ਉੱਤਾਂ ਜਾ ਰਹੀਆਂ ਤੇ ਬਾਕੀ ਜਿਹੜਾ ਅਸੀਂ ਇਹ ਇਹਨਾਂ ਦਾ ਸ਼ੈੱਡ ਬਣਾਏ ਨਾ ਉੱਥੇ ਵੀ ਲੱਗਰਾਂ ਪਹੁੰਚ ਚੁੱਕੀਆਂ ਤੇ ਹਜੇ ਤਾਂ ਜਿਹੜੀ ਇਹ ਵੱਲ ਹੈ ਨਾ ਹਿੱਕਾ ਵੱਲ ਆਈ ਹੋਏ ਇੱਕ ਦੋ ਵੱਲਾਂ ਹਨ, ਇਹ ਹਰੀਆਂ ਭਰੀਆਂ ਹੋ ਚੁੱਕੀਆਂ ਤੇ ਮਾਸ਼ਾਅੱਲਾ ਪਿਆਰੀਆਂ ਲੱਗ ਰਹੀਆਂ ਔਰ ਖੂਬਸੂਰਤ। ਇਹਦੇ ਸਾਈਡ ਪਬਰੀ ਆਈ ਔਰ ਮਿਰਚਾਂ ਦਾ ਬੂਟਾ, ਮਿਰਚਾਂ ਦਾ ਬੂਟਾ ਵੀ ਆਈ ਸੁੱਕ ਅਤੇ ਔਰ ਨਾਲ ਜਿਹੜਾ ਫੁੱਲ ਦਾ ਬੂਟਾ ਹੈ, ਫੁੱਲ ਦਾ ਬੂਟਾ ਹੀ ਖਲਾਇਆ ਔਰ ਅੰਗੂਰ ਦਾ ਬੂਟਾ ਹੀ ਖਲਾਇਆ ਅਤੇ ਨਾਲ ਪਬਰੀ ਦੇ ਤਿੰਨ ਚਾਰ ਬੂਟੇ ਖਲੇ ਨੇ। ਤਿੰਨ ਚਾਰ ਪਬਰੀ ਦੇ ਬੂਟੇ ਪਾਟ ਕੇ ਜਿੱਥੇ ਸਾਡਾ ਨਵਾਂ ਮੱਡ ਹਾਊਸ ਤਿਆਰ ਹੋ ਰਿਹਾ ਨਾ ਅਸੀਂ ਉੱਥੇ ਜਾ ਕੇ ਲਾ ਦੇਵਾਂ। ਪਿਆਜ਼ ਦੇਣ ਨਾਲ ਫਰਾਈ ਹੋ ਚੁੱਕੇ ਅਤੇ ਮੈਂ ਪਾ ਦਿੰਦੀ ਹਾਂ ਮਸਾਲੇ। ਨਾਲ ਪਾ ਦਿੰਦੇ ਹਾਂ ਥੋੜ੍ਹੀ ਜਿਹੀ ਹਲਦੀ, ਰਤੀਆਂ ਮਿਰਚਾਂ, ਥੋੜ੍ਹਾ ਜਿਹਾ ਨਮਕ, ਲਾ। ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਸੁਬਾਨ ਬਤਰੀਜੇ ਦੇ ਘਰ ਤੇ। ਮਾਸ਼ਾਅੱਲਾ ਜਿਹੜੀ ਉਹਦੀ ਅੰਮੀ ਆਈ ਨਾ ਉਹ ਬਣਾ ਰਹੀ ਜੀ ਚਾਵਲ, ਕਿਉਂਕਿ ਚਾਵਲ ਬੋਇਲ ਕਰ ਰਹੀ, ਨਾਲ ਬਣੇ ਸੀ ਜੀ ਮਸਰਾਂ ਦੀ ਦਾਲ ਤੇ ਤੁਹਾਨੂੰ ਜਿਹੜਾ ਚਾਵਲ ਵੀ ਖਾ ਦੇਣਾ। ਚਾਵਲ ਬੜੇ ਪਿਆਰੇ ਔਰ ਖੂਬਸੂਰਤ ਬੋਇਲ ਹੋ ਰਹੇ ਤੇ ਮੇਰੇ ਵਾਲ ਇਹ ਤੁਸੀਂ ਚੈੱਕ ਕਰੋ, ਇਹ ਜੀ ਚਾਵਲ ਬੋਇਲ ਹੋ ਰਹੇ। ਇਹ ਤੁਸੀਂ ਨਾਲ ਜਿਹੜਾ ਡੋਈ ਪਾ ਦਿੱਤੀ ਹੈ ਬਾਬੀ ਜੀ, ਬਾਬੀ ਜੀ ਅੱਛੀ ਤਰ੍ਹਾਂ ਜਿਹੜਾ ਚਾਵਲ ਤਿਆਰ ਕਰ ਲਏ ਸੀ। ਇਹ ਜੀ ਇਹਨਾਂ ਦਾ ਚੁੱਲ੍ਹਾ ਮਾਸ਼ਾਅੱਲਾ ਅੱਗ ਜਲ ਰਹੀ ਹੈ ਤੇ ਚੁੱਲ੍ਹੇ ਨੇ ਜਿਹੜਾ ਇਹਨਾਂ ਉਹ ਉੱਪਰ ਇੱਟਾਂ ਲਾ ਕੇ ਰੱਖੀਆਂ, ਚੁੱਲ੍ਹਾ ਗਿਆ ਜੀ ਤਰੁੱਟ ਅਤੇ ਮੇਰਾ ਜਿਹੜਾ ਇਹਦੇ ਕਜ਼ਨ ਵਾਦਾ ਹੈ, ਕਜ਼ਨ ਟੋਕ ਦੇ ਰਿਹਾ ਬਾਬੀ ਨੂੰ ਲੱਕੜੀ ਅਤੇ ਚਾਵਲ ਜਿਹੜਾ ਪਾਣੀ ਜਿਹੜਾ ਬੋਇਲ ਲੋਕ ਉੱਤਾਂ ਨਿਕਲਦਾ ਪਿਆ ਥੋੜ੍ਹੀ ਜਿਹੀ ਜਿਹਨੂੰ ਇਹਨੂੰ ਦਿੰਦੇ ਹਾਂ ਹਲਾ। ਇਸ ਟਾਈਮ ਜਿਹੜਾ ਹਰ ਦੇ ਘਰ ਜਿਹੜਾ ਖਾਣਾ ਹੋ ਰਿਹਾ ਜੀ ਤਿਆਰ ਆਪੋ ਆਪ ਚੀਜ਼। ਸਾਲਣ ਨੂੰ ਜਿਹੜਾ ਮੈਂ ਬੁੰਨੀ ਲਾ ਕੇ ਪਾਣੀ ਪਾ ਦਿੱਤਾ ਅਤੇ ਸਾਲਣ ਅੰਦਰ ਅਸੀਂ ਤਿਆਰ ਅਤੇ ਮੈਂ ਲਾ ਜਾਂਦੀ ਹਾਂ ਆਟਾ, ਆਟਾ ਕੁਨੈਂਦੇ ਹਾਂ ਵੀ। ਅਤੇ ਬਾਕੀ ਮੇਰੇ ਵਾਰ ਮੈਂ ਆ ਚੁੱਕਾ ਚਾਰ ਪਾਈ ਅਤੇ ਮੇਰੇ ਵਾਰ ਜਿਹੜੀ ਮੈਂ ਤੁਹਾਨੂੰ ਪਹਿਲੇ ਦੋ ਮਿੰਟ ਪਹਿਲੇ ਵਿਖਾਈ ਨਾ ਅਹਿਮ ਚੀਜ਼। ਅਹਿਮ ਚੀਜ਼ ਕਿਹੜੀ ਉਹ ਮੈਂ ਤੁਹਾਡੇ ਪਿਆਰੇ ਵਿਵਰਾਂ ਨੂੰ ਹੁਣ ਵਿਖਾ ਦਿੰਦਾ ਔਰ ਖੋਲ੍ਹ ਕੇ ਓਪਨ ਕਰ ਦਿੰਦਾ। ਅਤੇ ਮੇਰੇ ਵਾਰ ਇਹ ਆ ਚੁੱਕੀ ਹੈ ਜੀ ਉਹ ਪਰਸਲ ਜਿਹੜਾ ਮਾਸ਼ਾਅੱਲਾ ਪਰਸਲ ਬੜਾ ਪਿਆਰਾ ਔਰ ਖੂਬਸੂਰਤ ਬਣਿਆ ਅਤੇ ਇਹਨੂੰ ਜਿਹੜਾ ਹਾਂ ਖੋਲ੍ਹਦੇ ਬਿਸਮਿਲ੍ਲਾ ਇਹਨੂੰ ਜਿਹੜਾ ਅੱਛੀ ਤਰ੍ਹਾਂ ਹੀ ਖੋਲ੍ਹ ਦਿੰਦੇ ਹਾਂ ਪਰਸਲ ਗਿਆ ਖੁੱਲ੍ਹ ਅਤੇ ਇਹਨੂੰ ਜਿਹੜਾ ਕੱਢਣਾ ਅਤੇ ਉਹ ਕਿਹੜੀ ਚੀਜ਼ ਉਹ ਆਪਣੇ ਪਿਆਰੇ ਵਿਵਰਾਂ ਨੂੰ ਸ਼ੇਅਰ ਕਰ ਦਿੰਦੇ ਹਾਂ। ਅਤੇ ਬਾਈ ਸਲੀਮ ਥੋੜ੍ਹੀ ਜਿਹਾ ਅੱਗਾਂ ਆ ਜਾਓ, ਆਪਣੇ ਵਿਵਰਾਂ ਨੂੰ ਵਿਖਾਓ ਬਈ ਇਹ ਕਿਹੜੀ ਚੀਜ਼ ਹੈ। ਮੇਰੀ ਵਾਰ ਪਹਿਲੀ ਗੱਲ ਤਾਂ ਇਹ ਹਿੰਜੀ ਆ ਚੁੱਕੇ ਮਾਈਕ ਅਤੇ ਜਿਹੜਾ ਇਹ ਤੁਸੀਂ ਵੇਖ ਰਹੇ ਸੋ ਮਾਈਕ ਤੁਸੀਂ ਚੈੱਕ ਕਰ ਰਹੇ ਸੋ ਬੋਵਾ ਕੰਪਨੀ। ਅਤੇ ਬਾਕੀ ਮੇਰੀ ਵਾਰ ਜਿਹੜਾ ਇਹ ਮਾਈਕ ਆ ਜੀ ਮਾਈਕ ਆ ਚੁੱਕੇ ਨੇ, ਇੱਕ ਮੇਰਾ ਚਾਚੂ ਆਈ ਇਹ ਅਸੀਂ ਮੰਗਾਏ ਜੀ ਲਾਉਰੋਂ
ਅੱਲਾਹ ਪਾਕ ਉਹਦੀ ਲੰਮੀ ਜ਼ਿੰਦਗੀ ਕਰੇ, ਅੱਲਾਹ ਪਾਕ ਉਹਨੂੰ ਤੰਦਰੁਸਤੀ ਦੇਵੇ, ਆਮੀਨ ਸੁਮਾ ਆਮੀਨ। ਅਤੇ ਉਹਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਸਾਨੂੰ ਮਾਈਕ ਲਾਇਕ ਹੈ, ਅਤੇ ਚਾਚੂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਬਾਕੀ ਮੇਰੀ ਵਾਰ ਜਿਹੜਾ ਅਸੀਂ ਦੋ ਤਿੰਨ ਪਹਿਲੇ ਵੀਡੀਓ ਦੇ ਵਿੱਚ ਵਿਖਾਏ ਕਿ ਇਹ ਵਾਲਾ ਸਾਡਾ ਇੱਕ ਮੋਬਾਈਲ ਵਾਲਾ ਮੈਕ ਹੋ ਗਿਆ ਜੀ ਖਰਾਬ, ਅਤੇ ਇਸ ਵਜ੍ਹਾ ਤੋਂ ਅਸੀਂ ਮੈਕ ਜਿਹੜਾ ਨਵੇਂ ਲਾ ਲਿਆ, ਅਤੇ ਅੱਲਾਹ ਕੀਤਾ ਉਹ ਵੀ ਠੀਕ ਹੋ ਗਿਆ। ਚਲੋ ਇਹ ਰੱਖ ਦਿੰਦੇ ਹਾਂ ਕਿਉਂਕਿ ਉਤਨੇ ਤਾਈਂ ਉਹ ਯੂਜ਼ ਕਰੇ ਨਾ, ਅਤੇ ਜਿਸ ਟਾਈਮ ਉਹ ਖਰਾਬ ਹੋ ਗਿਆ ਨਾ ਉਸ ਟਾਈਮ ਇਹ ਕਰ ਸਕਾਂ। ਬਾਕੀ ਇਹ ਕਰੀ ਅਸੀਂ ਚੈੱਕ ਕੀਤੇ ਨੇ, ਸਿਰਫ ਐਵੇਂ ਜ਼ਰੀਏ ਕਲਾਕ ਚੈੱਕ ਕਰਨ, ਵੀਡੀਓ ਪੂਰੀ ਨਹੀਂ ਬਣਾਈ। ਅਤੇ ਮਾਸ਼ਾਅੱਲਾ ਮੈਕ ਤਾਂ ਕਾਫੀ ਪਿਆਰੇ ਨੇ, ਔਰ ਤੁਹਾਨੂੰ ਖੋਲ੍ਹ ਕੇ ਉਹਨੂੰ ਚੈੱਕ ਕਰਾ ਦੇਣਾ, ਅਤੇ ਮੇਰੀ ਵਾਰ ਭਾਵੇਂ ਉੱਤੋਂ ਤਾਂ ਮੈਂ ਵਿਖਾ ਦਿੱਤਾ ਨੇ, ਵਿੱਚੋਂ ਨੇ ਤੁਹਾਨੂੰ ਵਿਖਾਇਆ ਉਹ ਖੈਰ ਡੱਬਾ ਹੀ ਚਿੜਨਾ ਬਿਸਮਿਲ੍ਲਾ। ਅਤੇ ਮੇਰੇ ਵਾਰ ਜਿਹੜਾ ਵਿੱਚੋਂ ਕੱਢਦੇ ਨਹੀਂ ਹੈ, ਇਹ ਤੁਸੀਂ ਚੈੱਕ ਕਰੋ। ਇਹ ਸਾਰੇ ਜਿਹੜਾ ਤਿੰਨੇ ਮੈਂ ਕਹਿੰਦਾ ਆ ਇਹੋ ਜਿਹੀ ਮੋਬਾਈਲ ਵਾਲਾ, ਇਹ ਜੀ ਗਲੇ 'ਚ ਲਾਵਣ ਵਾਲਾ, ਜਿੱਥੇ ਜਿਸ ਟਾਈਮ ਬੰਦਾ ਬੁਲੈਂਦਾ ਨਾ ਉਸ ਟਾਈਮ ਇਹ ਦੋ ਮਾਈਕ ਹਨ। ਅਤੇ ਨੰਨ ਜਿਹੜਾ ਪਾਕ ਰੱਖ ਦਿੰਦਾ ਇਹ ਜੀ ਨੰਨ ਦੀ ਲੀਡ, ਦੋ ਲੀਡਾਂ ਅਤੇ ਔਰ ਜਿਹੜਾ ਚਾਰਜਰ ਹੁੰਦੇ ਨੇ ਆਪੋ ਆਪ। ਬਾਕੀ ਜਿਹੜਾ ਪਾਕ ਦੁਬਾਰੇ ਪੈਕਿੰਗ ਕਰਕੇ ਰੱਖ ਦਿੰਦੇ ਹਾਂ ਖਰਾਬ ਨਾ ਥੇਵੇਂ, ਅਤੇ ਇਹਨਾਂ ਨੂੰ ਰੱਖ ਦਿੰਦੇ ਹਾਂ ਟਰੰਕ ਦੇ ਵਿੱਚ ਸੰਦੂਕ ਵਿੱਚ। ਅਤੇ ਅੰਮੀ ਇਸ ਸਾਈਡ 'ਤੇ ਆ ਚੁੱਕੀ ਲੈ ਕੇ ਆਟਾ, ਅਤੇ ਮੈਂ ਕਰ ਰਹੀ ਹਾਂ ਆਪਣਾ ਕੰਮ, ਮੈਂ ਗੁਣ ਰਹੀ ਹਾਂ ਆਟਾ, ਸਾਲਣ ਤਿਆਰ ਹੋ ਜਾਂਦਾ, ਅਤੇ ਨਾਲ ਆਟਾ ਵੀ ਤਿਆਰ ਕਰਕੇ ਉਸ ਤੋਂ ਬਾਅਦ ਕਿਸਾਨ ਤੰਦੂਰੀ 'ਤੇ ਅੱਜ ਅਸੀਂ ਪਕਾਉਣੀਆਂ ਰੋਟੀਆਂ। ਅਤੇ ਮੇਰੇ ਵਾਰ ਜਿਹੜਾ ਮੇਰੇ ਚਾਚੂ ਨੂੰ ਸਲੂਟ ਹੋ ਗਿਆ, ਵੈਲਕਮ ਹੋ ਗਿਆ। ਬਾਕੀ ਜਿਹੜਾ ਸਾਨੂੰ ਬਹੁਤ ਬਹੁਤ ਉਹਦਾ ਸ਼ੁਕਰੀਆ, ਅੱਲਾਹ ਪਾਕ ਦੇ ਲੰਮੀ ਜ਼ਿੰਦਗੀ ਕਰੇ, ਅੱਲਾਹ ਪਾਕ ਨੂੰ ਤੰਦਰੁਸਤੀ ਦੇਵੇ। ਸਾਰੇ ਪਿਆਰੇ ਵੀਵਰਾਂ ਵਾਸਤੇ ਵੈਲਕਮ ਹੋ ਗਿਆ, ਅੱਲਾਹ ਪਾਕ ਤੁਹਾਡੀ ਲੰਮੀ ਜ਼ਿੰਦਗੀ ਕਰੇ, ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ, ਆਮੀਨ ਸੁਮਾ ਆਮੀਨ। ਅਤੇ ਮਾਈਕਾਂ ਨੂੰ ਰੱਖ ਦਿੰਦੇ ਹਾਂ ਜੀ ਦੁਬਾਰਾ ਵਿੱਚ ਪੈਕਿੰਗ ਕਰਕੇ, ਅਤੇ ਪਾਰਸਲ ਤਾਂ ਖੋਲ੍ਹ ਦਿੱਤਾ ਅਤੇ ਆਪਣੇ ਵੀਵਰਾਂ ਨੂੰ ਵੀ ਖਾ ਦਿੱਤਾ, ਅਤੇ ਇੰਜਣ ਨਾਲ ਜਲਦੀ ਜਲਦੀ ਛਾਪਾ ਰਹੇ ਪੈਂਦੇ ਹਾਂ। ਇੱਕ ਆਟਾ ਜਿਹੜਾ ਮੈਂ ਗੁੰਨ ਲਿਆ ਅਤੇ ਆ ਪਹੁੰਚਿਆ ਤੰਦੂਰੀ 'ਤੇ, ਤੰਦੂਰੀ ਦੇ ਵਿੱਚ ਬਾਲਣ ਵੀ ਮੈਂ ਪਾ ਦਿੱਤਾ, ਅਤੇ ਹੁਣ ਲਾ ਦਿੰਦੇ ਹਾਂ ਤੇਲੇ ਵੀ ਸੁਨੇਹ। ਤੇਲੇ ਮਾਰ ਗਈ ਸਲੇਮ ਪੱਖੇ ਦੀ ਹਵਾ ਔਰ ਆਕਾਰ ਛੱਡੇ। ਤੰਦੂਰ ਜਿੱਗਿਆ ਜਲ ਅਤੇ ਤੰਦੂਰੀ ਅੱਛੀ ਤਰ੍ਹਾਂ ਜਿਸ ਟਾਈਮ ਬੱਗੀ ਹੋ ਗਈ ਨਾ ਉਸ ਤੋਂ ਬਾਅਦ ਲਿਸਾਂ ਰੋਟੀਆਂ, ਅਤੇ ਲਾਂਬ ਕਾਫੀ ਜ਼ਿਆਦਾ ਨਿਕਲ ਰਹੀ ਹੈ, ਅਤੇ ਬੱਗੀ ਜਿਹੜਾ ਲੱਕੜੀ ਲਿਆਉਂਦੀਆਂ ਜਲਦੀ ਜਲਦੀ ਸਫੈਦੇ ਵਾਲੀਆਂ, ਸਫੈਦੇ ਵਾਲੀਆਂ ਜੰਗਲ ਦੇ ਵਿੱਚੋਂ। ਹਾਂਜੀ। ਅਤੇ ਬਾਲਣ ਜਿਹੜਾ ਸਾਡੇ ਕੋਲ ਬਾਲਣ ਦੀ ਕਾਫੀ ਜ਼ਿਆਦਾ ਕਮੀ ਹੈ, ਜਿਸ ਟਾਈਮ ਸਾਡਾ ਜੇਤਰ ਜੰਤਰ ਤਿਆਰ ਹੋ ਗਿਆ ਨਾ ਜਿਹੜਾ ਅਸੀਂ ਬੀਜੇ ਹੋਇਆ ਸਬਜ਼ੀ ਦੇ ਚਫੇਰੂ, ਉਹ ਤੰਦੂਰੀ ਵਾਸਤੇ ਸਹੀ ਹੁੰਦਾ। ਤੰਦੂਰੀ ਜਿਹੜਾ ਤਪ ਚੁੱਕੀ ਹੈ, ਅਤੇ ਮੈਂ ਕਰ ਲੈਂਦੀ ਹਾਂ ਪੇੜਾ ਵਿਸ
ਸਾਲਾਂ ਨੇ ਤਿਆਰ ਹੋਇਆ ਖਲਾ ਤੇ ਨਾ ਰੋਟੀਆਂ ਜਲਦੀ ਜਲਦੀ ਕਰ ਲੈਂਦੇ ਹਾਂ ਤਿਆਰ, ਤੰਦੂਰੀ ਤੇ ਤਾਂ ਇਤਨਾ ਚਿਰ ਨਹੀਂ ਲੱਗਦਾ ਰੋਟੀਆਂ ਲਾਵਣ ਤੇ। ਦੋ ਰੋਟੀਆਂ ਜਿਹੜੀਆਂ ਮੈਂ ਲਾ ਲਈਆਂ ਤੇ ਹੁਣ ਲਾ ਰਹੀ ਹਾਂ ਤੀਸਰੀ ਰੋਟੀ। ਰੋਟੀ ਜਿਹੜਾ ਹੋ ਚੁੱਕੀ ਹੈ ਤਿਆਰ, ਮੈਂ ਆ ਚੁੱਕੀ ਹਾਂ ਚਾਰ ਪਾਈ ਤੇ ਨਾਲ ਪਿਆ ਸਾਲਾਂ ਤੇ ਇਧਰਲੇ ਪਾਸੇ ਪਈਆਂ ਰੋਟੀਆਂ। ਪਹਿਲੇ ਮੈਂ ਰੋਟੀ ਪਾ ਦਿੰਦੀ ਹਾਂ ਸਲੀਮ ਤੇ ਬੱਗੀ ਨੂੰ, ਪਹਿਲੇ ਸਾਲਣ ਰੋਟੀ ਦੇਣੇ ਆ, ਇਹ ਖਾਂਦੇ ਨੇ ਖਾਣਾ। ਖਾਣਾ ਹੋ ਚੁੱਕਾ ਜੀ ਤਿਆਰ, ਇਧਰਲੇ ਸਾਈਡ ਤੱਕ ਆ ਚੁੱਕਾ ਬਾਈ ਸਲੀਮ ਤੇ ਨਾਲ ਆ ਚੁੱਕਾ ਪਾਣੀ ਤੇ ਮੈਂ ਵੀ ਅੰਮੀ ਕੋਲ ਪਹੁੰਚ ਚੁੱਕਾ। ਅੰਮੀ ਬਣਾਈ ਅੱਜ ਮੂੰਗੀ ਤੇ ਮਸਰਾਂ ਦੀ ਦਾਲ ਤੇ ਮਾਸ਼ਾਅੱਲਾ ਜੀ ਖੁਸ਼ਬੂ ਵੀ ਅੱਛੀ ਆ ਰਹੀ ਹੈ। ਤੁਹਾਨੂੰ ਖੁਸ਼ਬੂ ਆ ਗਈ ਹੈ? ਹਾਂਜੀ ਖੁਸ਼ਬੂ ਆਉਣੀ ਨਹੀਂ, ਘਰ ਦਾ ਸਾਲਾ ਨਹੀਂ ਬਣਿਆ, ਇਹ ਕਿਹੜਾ ਹੋਟਲ ਦਾ ਬਣਿਆ ਹੋਇਆ। ਤੇ ਬਾਕੀ ਤਾਂ ਦਿੰਦੇ ਹਾਂ ਕੱਜ ਤੇ ਬਿਸਮਿਲ੍ਲਾ। ਖਾਓ ਬਾਈ ਸਲੀਮ ਦੇ ਸਾਲਣ ਅੰਮੀ। ਤੇ ਬਾਕੀ ਰਾਂਦੇ ਆ? ਅੱਬੂ ਰਾਂਦਾ ਇਕੱਲਾ, ਬਾਕੀ ਅੰਮੀ ਨਹੀਂ ਰਾਂਦੀ। ਅਸੀਂ ਤਾਂ ਖਾਣਾ ਖਾ ਰਹੇ ਹਾਂ ਤੇ ਬੱਗੀ ਦਾ ਅੱਬੂ ਚਲਾ ਗਿਆ ਸਬਜ਼ੀ ਦੇ ਵਿੱਚ, ਉਹ ਨਹੀਂ ਹੈ ਅੱਜ। ਅਸੀਂ ਆਸੇ ਤਿੰਨ ਜਣੇ ਤੇ ਰੋਟੀਆਂ ਜਿਹੜੀਆਂ ਮੈਂ ਵਲੇਟ ਦੇਣੀਆਂ ਪੌਣੇ ਦੇ ਵਿੱਚ, ਠੰਡੀਆਂ ਨੋਰ ਜਾਵੇ। ਮੇਰੇ ਵਾਰ ਆਓ ਜੀ ਸਾਥ ਵਿੱਚ ਮਿਲਿਆ, ਤੁਸੀਂ ਖਾਓ ਨਹੀਂ ਤਾਂ ਅਸੀਂ ਖਾਂਦੇ ਪਏ। ਬਾਈ ਸਲੀਮ ਮੈਂ ਰਲ ਕੇ ਔਰ ਅੰਮੀ, ਤੇ ਅੰਮੀ ਹਜੇ ਤਾਈਂ ਪਾ ਕੇ ਦਿੱਤਾ ਸਾਨੂੰ ਖਾਣਾ, ਤੇ ਹਜੇ ਤਾਈਂ ਅੰਮੀ ਆਪਦਾ ਖਾਣਾ ਕੋਈ ਨਹੀਂ ਪਾਇਆ ਤੇ ਬਾਅਦ ਚ ਅੰਮੀ ਖਾਸੀ। ਤੇ ਆਓ ਜੀ ਸਾਥ ਵਿੱਚ ਮਿਲਿਆ, ਤੁਸੀਂ ਖਾਓ ਨਹੀਂ ਤਾਂ ਅਸੀਂ ਖਾ ਰਹੇ ਹਾਂ ਬਿਸਮਿਲ੍ਲਾ। ਚਮਚਾ ਜਿਹੜਾ ਮੈਂ ਕਾੜ ਲਿਆ ਤੇ ਰੱਖ ਦਿੰਦੇ ਹਾਂ ਉੱਤੇ, ਤੇ ਸਾਲਾਂ ਨਹੀਂ ਕੱਢਿਆ ਮੈਨੂੰ ਤਾਂ ਹਾਲੀ, ਇਤਨੀ ਜਲਦੀ ਭੁੱਖ ਨਹੀਂ ਲੱਗਦੀ। ਗਰਮੀ ਵਿੱਚ ਜਿਹੜਾ ਗਰਮੀ ਕਾਫੀ ਜ਼ਿਆਦਾ, ਜਿਹੜਾ ਬੰਦਾ ਤੰਦੂਰੀ ਤੇ ਖਾਲਾ ਰਵੇ ਨਾ ਜਾਂ ਖਾਣਾ ਤਿਆਰ ਕਰੇ, ਉਹਨੂੰ ਇਤਨਾ ਜਲਦੀ ਭੁੱਖ ਨਹੀਂ ਲੱਗਦੀ। ਮੇਰੇ ਵਾਰ ਮੈਂ ਆ ਚੁੱਕਾ ਦੂਸਰੀ ਚਾਰ ਪਾਈ ਦੇ ਨਾਲ ਚੱਲ ਰਿਹਾ ਪੱਖਾ, ਮੈਂ ਕਿਹਾ ਜਿਹੜਾ ਥੋੜ੍ਹੇ ਖੁੱਲ੍ਹੇ ਹੋ ਕੇ ਖਾਣਾ ਖਾ ਲੈਂਦੇ, ਇਹਦੇ ਸਾਈਡ ਤੋਂ ਬਾਈ ਸਲੀਮ ਖਾ ਰਿਹਾ। ਬਾਈ ਸਲੀਮ ਸਾਲਣ ਕਿਹਾ ਬਣਿਆ ਹੈ? ਜ਼ਬਰਦਸਤ। ਮੇਰੇ ਵਾਰ ਸਾਲਣ ਜਿਹੜਾ ਬੜਾ ਜ਼ਬਰਦਸਤ ਬਣਿਆ, ਦਾਲ ਮੂੰਗੀ ਮਸਰਾਂ ਦੀ ਦਾਲ। ਅਤੇ ਸ਼ਾਮ ਵੀ ਹੋ ਚੁੱਕੀ ਹੈ, ਇਸ ਵਲੋਗ ਦਾ ਕਰਨ ਦੇ ਪਈ ਥਾਂ ਐਂਡ। ਸੁਬਹ ਸਾਹਿਬ ਨਵੇਂ ਵਲੋਗ ਹੈ, ਮੇਰੀ ਟਿਕਟੋਕ ਦੀ ਆਡੀਅੰਸ ਸਪੋਰਟ ਕੀਤੀ ਕਰੋ, ਬੱਗੀ ਫੈਮਿਲੀ 547 ਮੇਰੇ ਚੈਨਲ ਸਪੋਰਟ ਕੀਤੀ ਕਰੋ, ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕੀਤਾ ਕਰੋ। ਸੁਬਹ ਨੈਕਸਟ ਡੇ ਮਿਲਸਾਂ, ਅੱਲਾ ਹਾਫਿਜ਼।